ਨਵੇਂ ਸਾਲ ਦੀ ਆਮਦ 'ਤੇ ਸਿਵਲ ਸਰਜਨ ਦਫ਼ਤਰ ਅਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸਮੂਹ ਸਟਾਫ ਵੱਲੋਂ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਨਵੀਂ ਸੋਚ ਨਾਲ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਜਿੱਥੇ ਕੀਰਤਨੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ, ਉੱਥੇ ਅਰਦਾਸ ਉਪਰੰਤ ਸਿਵਲ ਸਰਜਨ ਡਾਕਟਰ ਬਲਵਿੰਦਰ ਕੁਮਾਰ ਡਮਾਣਾ ਨੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੰਦੇ ਹੋਏ ਨਵੇਂ ਸਾਲ ਵਿੱਚ ਆਪਣਾ ਕੰਮ ਪੂਰੀ ਤਨਦੇਹੀ, ਇਮਾਨਦਾਰੀ ਅਤੇ ਬਿਨਾਂ ਭੇਦਭਾਵ ਦੇ ਕਰਨ ਦਾ ਸੰਦੇਸ਼ ਦਿੱਤਾ, ਤਾਂ ਜੋ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸੇਵਾਵਾਂ ਮਿਲ ਸਕਣ। ਉਹਨਾਂ ਨਾਲ ਹੀ ਕਿਹਾ ਕਿ ਸਿਹਤ ਵਿਭਾਗ ਦੇ ਹਰ ਅਧਿਕਾਰੀ ਅਤੇ ਕਰਮਚਾਰੀ ਨੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਹੈ ਅਤੇ ਭਵਿੱਖ ਵਿੱਚ ਵੀ ਸਿਹਤ ਵਿਭਾਗ ਚੰਗੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ। ਮੈਂ ਡਾਕਟਰ ਬਲਵਿੰਦਰ ਕੁਮਾਰ ਜੀ, ਸਿਵਲ ਸਰਜਨ ਹੁਸ਼ਿਆਰਪੁਰ। ਅੱਜ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈ ਕੇ, ਉਹਨਾਂ ਦਾ ਓਟ ਆਸਰਾ ਲੈਣ ਦੇ ਲਈ ਇਹ ਅੱਜ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ, ਤਾਂ ਕਿ ਸਾਨੂੰ ਪਰਮਾਤਮਾ ਦੇ ਦੀ ਕਿਰਪਾ ਸਾਡੇ ਸਾਰੇ ਸਟਾਫ 'ਤੇ, ਸਾਡੇ ਸਾਰੇ ਮਾਹੌਲ ਦੇ ਉੱਤੇ ਬਣੀ ਰਹੇ, ਅਸੀਂ ਆਪਣੀ ਤਨਦੇਹੀ ਦੇ ਨਾਲ ਅਤੇ ਇਮਾਨਦਾਰੀ ਨਾਲ ਕੰਮ ਕਰ ਸਕੀਏ। ਇਸ ਕਰਕੇ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਸੁਖਮਨੀ ਸਾਹਿਬ ਜੀ ਦਾ ਪਾਠ ਇੱਥੇ ਕਰਾਇਆ ਆਪਣੇ ਦਫ਼ਤਰ 'ਚ। ਇਸ ਦੌਰਾਨ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਵੀ ਸਮੂਹ ਸਟਾਫ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਟਾਫ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਕਰਨ। ਇਸ ਦੇ ਨਾਲ ਹੀ ਉਹਨਾਂ ਸਮੂਹ ਸਟਾਫ ਦਾ ਵਧੀਆ ਸੇਵਾਵਾਂ ਨਿਭਾਉਣ ਲਈ ਵੀ ਧੰਨਵਾਦ ਕੀਤਾ। ਨਵਾਂ ਸਾਲ ਦੇ ਵਿੱਚ ਸਭ ਨੂੰ ਅੱਜ ਇੱਥੇ ਸਿਵਲ ਸਰਜਨ ਦਫ਼ਤਰ ਵਿੱਚ ਵੀ ਇਹ ਪ੍ਰੋਗਰਾਮ ਹੋਇਆ, ਤੁਸੀਂ ਦੇਖਿਆ ਧਾਰਮਿਕ ਸਮਾਗਮ ਹੀ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਅਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਭੋਗ ਪਾਏ ਗਏ ਅਤੇ ਮੀਡੀਆ ਵੀ ਹੋਰ ਸਾਰੇ ਆਏ ਆ। ਪਰਪਜ਼ ਸਿਰਫ ਇਹੀ ਹੈ ਕਿ ਪਿਛਲੇ ਸਾਲ ਵਿੱਚ ਜਿਹੜਾ ਕੰਮ ਅਸੀਂ ਕੀਤਾ ਉਹਦੇ 'ਚ ਕਿਤੇ ਨਾ ਕਿਤੇ ਜੋ ਕਮੀਆਂ ਰਹੀਆਂ ਉਹਦਾ ਮੁਲਾਂਕਣ ਕਰਨਾ ਚਾਹੀਦਾ, ਇੰਟਰੋਸਪੈਕਸ਼ਨ ਕਰੀਏ ਆਪਾਂ ਸਾਰੇ ਆਪਣੀ ਆਪਣੀ। ਅਤੇ ਜਿਹੜਾ 24 ਆ ਰਿਹਾ ਉਹ ਨਵੇਂ ਸਾਲ ਦਾ, ਉਹਦੀ ਬਿਊਟੀਫੁੱਲ ਨਵਾਂ ਸਾਲ ਹੋਵੇ, ਸੋਹਣਾ ਸੁੰਦਰ ਹੋਵੇ, ਉਹਦੇ ਵਿੱਚ ਆਪਾਂ ਦੇਣ ਕੀ ਦੇਣੀ ਹੈ ਵਿਚਾਰੀਏ, ਕਿਉਂਕਿ ਜਿੰਨਾ ਚਿਰ ਕੋਈ ਸਾਡੇ 'ਚ ਕੋਈ ਪਰਿਵਰਤਨ ਨਹੀਂ ਆਉਂਦਾ, ਜਿੱਦਾਂ ਜਿੱਦਾਂ ਸਾਡੇ 'ਚ ਚੇਂਜ ਆਊਗੇ ਅਤੇ ਓਬਵੀਅਸਲੀ ਜਿਹੜੇ ਯੀਅਰ ਆ ਉਹਨਾਂ 'ਚ ਵੀ ਚੇਂਜ ਆਊਗੀ। ਮੈਂ ਇਹੀ ਅਪੀਲ ਕਰਦਾ ਵੀ ਅਸੀਂ ਜਿਹੜਾ ਧਰਮੀ ਹੋਣ ਦਾ ਪ੍ਰਮਾਣ ਵੀ ਦੇਈਏ, ਧਰਮ ਸਾਡੇ ਕਰਮ 'ਚ ਵੀ ਨਜ਼ਰੀ ਆਵੇ, ਜਿੰਨਾ ਚਿਰ ਉਹ ਰਿਫਲੈਕਟ ਨਹੀਂ ਹੋਊਗਾ। ਗੁਰਬਾਣੀ ਸਾਰੀ ਇੱਦਾਂ ਨਹੀਂ ਹੈ ਵੀ ਇੱਦਾਂ ਹੀ ਸੁਣੀ ਜਾਓ ਅਤੇ ਇਹਨੂੰ ਜ਼ਿੰਦਗੀ 'ਚ ਨਾ ਢਾਲੋ, ਇਹ ਸੇਧ ਦਿੰਦੀ ਹੈ ਸਾਨੂੰ, ਆਰਟ ਆਫ ਲਿਵਿੰਗ ਸਿਖਾਉਂਦੀ ਹੈ। ਅਤੇ ਮਿਲਾਵਟਖੋਰਾਂ ਨੂੰ ਮੈਂ ਇਹ ਜ਼ਰੂਰ ਕਹਿਣੀ ਚਾਹੁੰਦਾ, ਜੇ ਤੁਸੀਂ ਆਪਦੇ ਬੱਚਿਆਂ ਨੂੰ ਮਿਲਾਵਟੀ ਚੀਜ਼ ਖਾਣੀ ਪਸੰਦ ਕਰਦੇ ਆ ਨਾ, ਫਿਰ ਤਾਂ ਗੱਲ ਹੋਰ ਆ, ਫਿਰ ਤਾਂ ਨਹੀਂ ਮੈਂ ਤੁਹਾਡੇ ਬਾਰੇ ਕੋਈ ਕਮੈਂਟ ਕਰਦਾ। ਪਰ ਜੇ ਆਪਣੇ ਬੱਚਿਆਂ ਨੂੰ ਮਿਆਰੀ ਚੀਜ਼ ਖਵਾਉਣੀ ਚਾਹੁੰਦੇ ਆ, ਸ਼ੁੱਧ ਖਵਾਉਣੀ ਚਾਹੁੰਦੇ ਆ, ਫਿਰ ਤੁਹਾਨੂੰ ਦੇਣੀ ਵੀ ਪੈਣੀ ਆ, ਲੋਕਾਂ ਨੂੰ ਵੀ ਦਿਓ ਇਹ। ਔਰ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਇੱਦਾਂ ਨਾ ਸੋਚੋ ਵੀ ਤੁਹਾਡਾ ਤੁਸੀਂ ਅੱਜ ਜੋ ਮਰਜ਼ੀ ਖਵਾਤਾ ਅਤੇ ਤੁਹਾਨੂੰ ਕੋਈ ਦੇਖਣ ਵਾਲਾ ਨਹੀਂ ਹੈਗਾ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਇਸ ਦਰਗਾਹ 'ਚ ਵੱਜੂਗੇ, ਇੱਥੋਂ ਜ਼ਹਿਰ ਖਿਲਾ ਕੇ ਪੜਦੇ ਨਾ ਨਿਕਲ ਜਾਊਂਗੇ ਸਿਸਟਮ 'ਚੋਂ, ਪਰ ਇੱਕ ਇੱਦਾਂ ਦਾ ਵੀ ਦਰਗਾਹ ਆ ਜਿੱਥੇ ਨਹੀਂ ਵਿਚਾਰ ਹੋਣਾ, ਉੱਥੇ ਹਿਸਾਬ ਹੋਣਾ ਤੁਹਾਡਾ, ਜਿਹਦੇ ਬਾਰੇ 'ਚ ਕਿਹਾ ਚੰਗੇ ਆਈਆਂ ਬੁਰੇ ਆਈਆਂ ਵਾਚੇ ਧਰਮ ਹਜ਼ੂਰ, ਵਾਚ ਰਿਹਾ ਤੁਹਾਨੂੰ ਸਾਰਿਆਂ ਨੂੰ। ਇੱਕ ਦਿਨ ਹਿਸਾਬ ਹੋਣਾ ਪਤਾ ਉਦੋਂ ਲੱਗਦਾ ਜਦੋਂ ਆਪਣੇ ਘਰ 'ਚ ਬੀਤਦੀ ਆ।